ਸੀ ਪ੍ਰਗਟ ਹੈ ਕਿ ਅਸੀਂ ਪੰਜਾਬ ਦੇ ਵਿੱਚ ਵਾਅਦਾ ਕਰਨਾ ਹੈ ਆਪਣੇ ਕੋਆਪਰੇਟਿਵ ਮਹਿਕਮੇ ਦੇ ਵਿੱਚ ਵੀ ਔਰ ਪਸ਼ੂ ਵਿਭਾਗ ਵਿੱਚ ਵੀ। ਲੇਕਿਨ ਮੈਨੂੰ ਇੱਕ ਦੁੱਖ ਅੱਜ ਹੋਇਆ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆ ਮੇਰੇ ਸਾਥੀ ਮੇਰੇ ਵੀਰ ਛੋਟੇ ਇਹਨਾਂ ਦੇ ਪਿਤਾ ਜੀ ਅੱਜ ਸਵੇਰੇ ਗੁਜ਼ਰ ਗਏ। ਲੇਕਿਨ ਇਸ ਦੇ ਬਾਵਜੂਦ ਆਪਣੀ ਡਿਊਟੀ ਨਿਭਾਉਂਦੇ ਉਹਨਾਂ ਨੇ ਕਿਹਾ, ਮੈਂ ਕਿਹਾ ਤੁਸੀਂ ਘਰ ਜਾਓ, ਕਹਿੰਦੇ ਨਹੀਂ ਮੈਂ ਆਪਣੀ ਡਿਊਟੀ ਨਿਭਾ ਕੇ ਫਿਰ ਜਾਵਾਂਗਾ ਜੀ। ਜੀ ਅਤੇ ਤੁਹਾਡਾ ਬਹੁਤ ਬੜਾ ਪਨ ਹੈ ਜੋ ਕੁਝ ਤੁਸੀਂ ਅੱਜ ਕੀਤਾ, ਔਰ ਮੇਰਾ ਖਿਆਲ ਅਸੀਂ ਕੋਈ ਵੀ ਇਸ ਗੱਲ ਨੂੰ ਭੁੱਲਾਂਗੇ ਨਹੀਂ। ਪੂਰੇ ਹਿੰਦੁਸਤਾਨ 'ਚ ਆਪਣਾ ਇੱਕ ਹਫ਼ਤਾ ਚੱਲ ਰਿਹਾ ਔਰ ਉਹਦੇ ਵਿੱਚ ਅਸੀਂ ਵੀ ਇੱਥੇ ਮਨਾ ਰਹੇ ਹਾਂ ਇਸ ਗੱਲ ਨੂੰ। ਔਰ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਕਿ ਇਸ ਦਿਹਾੜੇ 'ਤੇ ਅਸੀਂ ਇੱਕ ਤਾਂ ਨੀਂਹ ਪੱਥਰ ਰੱਖੀ ਹੈ ਆਪਣੇ ਗੁਰੂਆਂ ਦੀ ਧਰਤੀ ਦੇ ਉੱਪਰ, ਔਰ ਇੱਕ ਅਸੀਂ ਮੋਹਾਲੀ ਦੇ ਵਿੱਚ ਉਹਦੀ ਸ਼ੁਰੂਆਤ ਕਰੀਏ ਜਿਹੜਾ ਪੁਰਾਣਾ ਪਲਾਂਟ ਪੂਰਾ ਬਣ ਗਿਆ ਫਰਮੈਂਟਡ ਮਿਲਕ ਦਾ ਜੋ ਤੁਹਾਨੂੰ ਦੱਸਿਆ ਗਿਆ। ਉਹਦੇ ਵਿੱਚ ਲੱਸੀ ਬਣੂ, ਹੋਰ ਫਰਮੈਂਟਡ ਕਿਸਮ ਦੀ ਚੀਜ਼ਾਂ, ਪਨੀਰ ਹੋ ਸਕਦੀ ਹੈ, ਹੋਰ ਕੁਛ ਜਿਹੜਾ ਕੁਛ ਵੀ ਚੰਡੀਗੜ੍ਹ ਮਾਰਕੀਟ ਜਾਂ ਹੋਰ ਕਿਤੇ ਦੇਣ ਵਾਸਤੇ ਉਹ ਮੋਹਾਲੀ ਬਣ ਰਿਹਾ। ਔਰ ਆਹ ਜਿਹੜਾ ਇੱਥੇ ਪਲਾਂਟ ਅਸੀਂ ਉਦਘਾਟਨ ਕੀਤਾ ਹੈ ਜਿਹੜਾ ਅੱਜ ਨੀਂਹ ਪੱਥਰ ਰੱਖਿਆ, ਇਹ ਇੱਕ ਬਹੁਤ ਵੱਡਾ ਪਲਾਂਟ ਹੈ। ਇਹਦੇ 'ਚ ਅੰਤ ਵਿੱਚ ਤੀਜੇ ਫੇਜ਼ ਤੋਂ ਬਾਅਦ 80,000 ਬੰਦਿਆਂ ਦੀ ਇੱਥੇ ਨੌਕਰੀ ਪ੍ਰਬੰਧ ਉਹਨਾਂ ਨੂੰ ਹੋਵੇ ਨੌਕਰੀ ਦਾ। ਉਹ ਇਸ ਤਰੀਕੇ ਨਾਲ ਕਿ ਜਦੋਂ ਦੁੱਧ ਦੀ ਮੰਗ ਹੋਏਗੀ ਤਾਂ ਤੁਹਾਨੂੰ ਆਪਣੇ ਜ਼ਿਆਦਾ ਪਸ਼ੂ ਰੱਖਣੇ ਪੈਣਗੇ, ਮੱਝਾਂ ਗਊਆਂ, ਔਰ ਉਹਦੇ ਨਾਲ ਤੁਹਾਡੀ ਹੋਰ ਡਿਮਾਂਡ ਹੋ ਜਾਣੀ ਹੈ ਉਹਦੀ ਸਪੋਰਟ ਵਾਸਤੇ। ਤੋ ਇਸ ਕਿਸਮ ਦਾ ਇੱਕ ਘਰ ਘਰ ਰੋਜ਼ਗਾਰ ਬਣਾਉਣ ਵਾਲੇ ਦੇ ਕੰਮ ਦਾ ਇਹ ਹੈ। ਪੈਸੇ ਬੜੇ ਲੱਗਦੇ ਨੇ ਇਸ 'ਚ, ਲੇਕਿਨ ਇਹਦੀ ਲੋੜ ਹੈ। ਲੋੜ ਕਿਸ ਲਈ? ਇੱਕ ਕਿ ਦੁੱਧ ਸਾਡੀ ਦੂਜੀ ਫਸਲ ਹੈ, ਇੱਕ ਤਾਂ ਆਪਾਂ ਝੋਨਾ ਕਣਕ ਵਗੈਰਾ ਬੀਜਦੇ ਰਹਿੰਦੇ ਹਾਂ, ਲੇਕਿਨ ਜੋ ਪੈਸਾ ਆਉਂਦਾ ਉਹ ਦੁੱਧ ਤੋਂ ਆਉਂਦਾ। ਔਰ ਜਿੰਨੀ ਡੇਅਰੀ ਡਿਵੈਲਪਮੈਂਟ ਹੋਵੇਗੀ ਉਹਨਾਂ ਆਪਣੇ ਕਿਸਾਨਾਂ ਦੀ ਆਮਦਨ ਵਧੂਗੀ। ਇਹ ਮੈਂ ਦੇਖ ਕੇ ਆਇਆ ਸੀ ਪਿੱਛੇ ਜੇ ਇਜ਼ਰਾਇਲ ਗਿਆ ਸੀ ਕੋਈ 2-3 ਹਫ਼ਤੇ ਪਹਿਲਾਂ, ਤਾਂ ਉੱਥੇ ਛੋਟੇ ਛੋਟੇ ਡੇਅਰੀਆਂ ਨੇ, ਉਹਦੇ ਵਿੱਚ ਤੁਸੀਂ ਵੀ ਆਪਣੇ ਤੇਜ਼ੀ ਪਕੜ ਲੈਣਾ ਗਊਆਂ ਮੱਝਾਂ ਵਧਾਉਣ 'ਚ। ਇਹ ਖੁਸ਼ੀ ਹੈ ਮੈਨੂੰ, ਔਰ ਮਿਨਿਸਟਰ ਸਾਹਿਬ ਦਾ ਮੈਂ ਬਹੁਤ ਧੰਨਵਾਦੀ ਹਾਂ, ਸੁਖੀ ਜੀ ਦਾ, ਸੁਖਜਿੰਦਰ ਜੀ ਦਾ, ਨਾਲੇ ਬਲਬੀਰ ਜੀ ਦਾ, ਕਿ ਇਹਨਾਂ ਨੇ ਆਪਣੇ ਆਪਣੇ ਤੌਰ 'ਤੇ ਆਪਣੀ ਡਿਊਟੀਆਂ ਨਿਭਾਈਆਂ ਨੇ। ਔਰ ਤੁਸੀਂ ਸੁਖੀ ਜੀ, ਇਸ ਕਿੱਥੇ ਸੁਖੀ ਜੀ, ਉਹ ਬੈਠੇ, ਇਹਨਾਂ ਨੇ ਗੁਰੂਆਂ ਦੀ ਧਰਤੀ, ਸਾਹਿਬਜ਼ਾਦਿਆਂ ਦੀ ਧਰਤੀ, 10ਵੇਂ ਪਾਤਸ਼ਾਹ ਦੀ ਧਰਤੀ, ਉੱਥੇ ਇਹ ਲਾਇਆ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹ ਕੰਮ ਕੀਤਾ। ਜਿੱਥੇ ਤਾਂ ਇਹ ਬਾਹਰ ਜਿਹੜੇ ਹੋਰ ਚੀਜ਼ਾਂ ਨੇ ਦੁੱਧ ਤੋਂ ਬਾਹਰ, ਇੱਕ ਤਾਂ ਅਸੀਂ ਐਤਕੀ ਇਹਨਾਂ ਨੇ ਵੀ ਕਿਹਾ ਸੀ ਔਰ ਮੈਂ ਵੀ ਕਹਿੰਦਾ ਕਿ ਪੰਜਾਬ ਨੇ ਸਾਡੀ ਗੱਲ ਮੰਨਦੇ ਹੋਏ ਇਹ ਜਿਹੜੀ ਪਰਾਲੀ ਦਾ ਫੂਕਣ ਦਾ ਕੰਮ ਸੀ ਇਹ ਬਹੁਤ ਘਟਿਆ। ਇਹ ਦਿੱਲੀ ਵਾਲੇ ਵੀ ਬੋਲਦੇ ਰਹਿੰਦੇ ਨੇ ਕਿ ਪੰਜਾਬ ਇੱਥੇ ਕੰਟਰੀਬਿਊਟ ਕਰ ਰਿਹਾ। ਹੁਣ ਦੱਸੋ, ਕੱਲ੍ਹ ਕੋਈ ਮੈਨੂੰ ਪੁੱਛ ਰਿਹਾ ਸੀ, ਕੋਈ ਅਖਬਾਰ ਵਾਲਿਆਂ ਦਾ ਕੋਈ ਸੰਮੇਲਨ ਸੀਗਾ,
ਕਿ ਪੰਜਾਬ ਚੋਂ ਧੂਆ ਜਾ ਰਿਹਾ ਦਿੱਲੀ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਚੰਡੀਗੜ੍ਹ ਦੀ ਹਵਾ ਕਿਉਂ ਨਹੀਂ ਬਣਾਉਂਦੇ ਤੁਸੀਂ? ਮੈਂ ਕਿਹਾ ਚੰਡੀਗੜ੍ਹ ਤਾਂ ਪੰਜਾਬ ਦੇ ਬਾਰਡਰ 'ਤੇ ਬੈਠਾ, ਅਗਰ ਧੂਆਂ ਇੱਧਰ ਹੋਇਆ ਤਾਂ ਪਹਿਲਾਂ ਚੰਡੀਗੜ੍ਹ ਆਊਗਾ ਫਿਰ ਜਾਊਗਾ ਦਿੱਲੀ, ਔਰ ਅਗਰ ਇੱਥੇ ਦੀ ਹਵਾ ਅੱਛੀ ਹੈ ਉਹਦਾ ਮਤਲਬ ਸਾਡਾ ਸਾਡਾ ਧੂਆਂ ਨਹੀਂ ਜਾ ਰਿਹਾ ਉੱਥੇ। ਬਹੁਤ ਘਟਾਇਆ ਲੋਕਾਂ ਨੇ ਕਿਤੇ ਕਿਤੇ ਹੋਇਆ, ਔਰ ਮੈਂ ਸਮਝਦਾ, ਮੈਂ ਮਹਿਸੂਸ ਕਰਦਾ, ਹੋਣਾ ਨਹੀਂ ਚਾਹੀਦਾ ਕਿਉਂਕਿ ਕਾਨੂੰਨ ਇਹ ਕਹਿੰਦਾ। ਲੇਕਿਨ 70% ਸਾਡੇ ਕਿਸਾਨ ਬਹੁਤ ਘੱਟ ਜ਼ਮੀਨ ਦੇ ਮਾਲਕ ਨੇ, ਔਰ ਮੈਂ ਕਿਹਾ ਸੀ ਸੈਂਟਰਲ ਗਵਰਨਮੈਂਟ ਨੂੰ ਕਿ ਅਗਰ ਤੁਸੀਂ 100 ਰੁਪਏ ਕੁਇੰਟਲ ਇਹ ਦੇ ਦਿਓ ਇਹਦੇ ਵਾਸਤੇ, ਫਿਰ ਅਸੀਂ ਕਹਿ ਸਕਦੇ ਉਹਨਾਂ ਨੂੰ ਕਿ ਤੁਸੀਂ ਇੱਕ ਹੋਰ ਤੁਸੀਂ ਇਹਦੇ ਵਿੱਚ ਜਿਹੜਾ ਕੁਛ ਫਸਲ ਤੋਂ ਬਾਅਦ ਪਟਾਈ ਦਾ ਕੰਮ ਹੈ ਉਹ ਤੁਸੀਂ ਕਰ ਸਕੋ। ਲੇਕਿਨ ਜਦ ਤੁਸੀਂ ਦੇ ਹੀ ਨਹੀਂ ਰਹੇ ਔਰ ਪਹਿਲਾਂ ਹੀ ਆਪਣੇ ਟੱਬਰਾਂ ਨੂੰ ਅਸਾਂਭ ਨਹੀਂ ਸਕਦੇ, ਤਾਂ ਫਿਰ ਕਿੱਧਰ ਆਪਣਾ ਪੈਸਾ ਲਾਉਣਗੇ ਇਸ ਨੂੰ ਕਰਨ ਵਾਸਤੇ? ਲੇਕਿਨ ਜੋ ਤੁਸੀਂ ਨਿਭਾਇਆ ਪੰਜਾਬ ਦੇ ਲੋਕਾਂ ਨੇ, ਆਮ ਲੋਕਾਂ ਨੇ ਇਸ ਗੱਲ ਨੂੰ ਮਨਾਇਆ, ਮੈਂ ਤੁਹਾਡਾ ਧੰਨਵਾਦ ਦਿਆ। ਅਸੀਂ ਆਪਣੇ ਤੌਰ 'ਤੇ ਅਸੀਂ ਕਈ ਮਸ਼ੀਨਰੀਆਂ ਦਿੱਤੀਆਂ ਨੇ ਤੁਹਾਨੂੰ ਇਸ ਟਬਲ ਬਰਨਿੰਗ ਰੋਕਣ ਵਾਸਤੇ, ਪਰਾਲੀ ਰੋਕਣ ਵਾਸਤੇ, ਭੁੱਖਣ ਰੋਕਣ ਵਾਸਤੇ ਹੈਪੀ ਸੀਡਰ ਆਏ ਨੇ 2174 ਕੀ ਅਸੀਂ ਦੇ ਚੁੱਕੇ ਹਾਂ, ਰੋਟਾਵੇਟਰ 2150 ਪੈਲੀ ਜਿਹੜੇ ਪਰਾਲੀ ਨੂੰ ਉਹ ਕੱਟਦੀ ਹੈ 192, ਮਲਚਰ ਜਿਹੜਾ ਪੈਲੀ ਨੂੰ ਮਿਲਾ ਕੇ ਉੱਥੇ ਨਾਲੇ ਬਾਈਂਡਿੰਗ ਕਰਦੀ ਹੈ ਉਹ 1047, ਮੋਡ ਪਲਾਊ ਜਿਹੜੇ ਨੇ 1052, ਔਰ 0 ਟਿਲ 1148 ਇਹ ਦੇ ਚੁੱਕੇ ਅਸੀਂ। ਪਰ ਇਹ ਸ਼ੁਰੂਆਤ ਹੈ, ਅਗਲੇ ਸਾਲ ਅਸੀਂ ਇਸ ਨੂੰ ਹੋਰ ਵਧਾਵਾਂਗੇ, ਤਾਂ ਕਿ ਪਹਿਲਾਂ ਐਤ ਵੀ ਤਜਰਬਾ ਵੀ ਤੁਹਾਨੂੰ ਹੋ ਜਾਊ ਕਿ 0 ਟਿਲਿੰਗ ਜਿਹੜੀ ਹੁੰਦੀ ਹੈ ਉਹਦੇ ਵਿੱਚ ਫਸਲ ਕਿਸੇ ਹੁੰਦੀ ਹੈ। ਜੋ ਸਾਡੀ ਰਿਪੋਰਟ ਹੈ ਕਿ ਸਮਾਂ ਘੱਟ ਨਹੀਂ, ਆਮ ਜਿਹੜੀ ਆਪਾਂ ਵਾਹ ਕੇ ਉਹਦੇ ਵਿੱਚ ਲਾਉਂਦੇ ਹਾਂ ਜਾਂ ਪਰਾਲੀ ਫੂਕ ਕੇ, ਉਸ ਤੋਂ ਜ਼ਿਆਦਾ ਇਹਦੀ ਪੈਦਾਵਾਰ ਹੈ। ਇਹ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਨੂੰ ਆਪ ਪਤਾ ਲੱਗ ਜੂਗਾ ਕਿ ਇਹ ਜ਼ਿਆਦਾ ਤੁਹਾਡੀ ਫਸਲ ਇਹਦੇ ਵਿੱਚੋਂ ਆਊਗੀ। ਕਾਰਨ ਕੀ? ਚੱਕਲੀ 160 ਲੱਖ ਟਨ ਆਈ ਸੀ, 3 ਲੱਖ ਟਨ ਦਾ ਫਰਕ ਹੈ, ਔਰ ਉਹ ਕੱਲ੍ਹ ਦੇ ਦਿਨ 2 ਲੱਖ ਟਨ ਆਈ ਹੈ ਮੰਡੀ ਦੇ ਵਿੱਚ, ਸਿਰਫ 1 ਲੱਖ ਟਨ ਪਈ ਸੀ, ਔਰ ਉਹ ਕਿਹੜੀ? ਜਿੱਥੇ ਬਹੁਤ ਗਿੱਲੀ ਸੀ ਔਰ 17% ਉਹਦਾ ਮੋਇਸਚਰ ਲੈਵਲ ਜ਼ਿਆਦਾ ਜ਼ਿਆਦਾ ਸੀ। ਤੋ ਇਹ ਕਹਿਣਾ ਕਿ ਉੱਠ ਨਹੀਂ ਰਹੀ ਜੀ, ਮੰਡੀਆਂ ਭਰੀਆਂ ਪਈਆਂ ਨੇ, ਸਭ ਝੂਠ, ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਆਪਾਂ ਸਾਰੇ ਲੈ ਤਾਂ ਹੁੰਦਾ ਮੰਡੀਆਂ ਖਾਲੀਆਂ ਹੋ ਰਹੀਆਂ ਨੇ, ਸਾਰਾ ਪੈਸੇ ਦਾ ਪ੍ਰਬੰਧ ਕਰਤਾ ਸੀ 51,000 ਕਰੋੜ ਰੁਪਈਆ ਪਹਿਲੇ ਦਿਨ ਹੀ ਆ ਗਿਆ ਸੀ, ਔਰ ਜਿਉਂ ਜਿਉਂ ਉਹਦੇ ਠੀਕ ਹੁੰਦਾ ਰਿਹਾ ਮੈਂ ਉਹ ਮੰਡੀਆਂ ਚੁੱਕ ਰਿਹਾ, ਉਹਦੇ ਮੈਨੂੰ ਕਹਿੰਦਾ 10-15 ਢੇਰੀਆਂ ਪਈਆਂ ਨੇ, ਬਸ ਸਭ ਕੁਛ ਚੁੱਕ ਕੇ ਸਾਰੇ ਪੰਜਾਬ 'ਚ ਇਹੀ ਹਾਲ ਹੈ। ਉਹ ਇਹ ਗਲਤ ਗੱਲਾਂ ਕਰਨੀਆਂ ਠੀਕ ਨਹੀਂ, ਆਪਾਂ ਸਾਰੇ ਆਪਣੇ ਪੰਜਾਬ ਵਾਸਤੇ ਕੰਮ ਕਰਦੇ ਹਾਂ, ਸਿਆਸਤ ਦੀ ਆਪਣੀ ਜਗ੍ਹਾ ਹੁੰਦੀ ਹੈ, ਲੇਕਿਨ ਲੋਕਾਂ ਦਾ ਭਲਾ ਸਾਰਿਆਂ ਦਾ ਸਾਂਝਾ ਹੈ। ਔਰ ਮੈਨੂੰ ਅੱਜ ਖੁਸ਼ੀ ਹੈ ਕਿ ਜਿਹੜੀ ਹੋਰ ਆਪਣੀਆਂ ਪ੍ਰੋਜੈਕਟਸ ਹੈ ਜੈਸੇ ਜਲੰਧਰ ਵਿੱਚ, ਉੱਥੇ ਦਾ ਵੀ ਅਸੀਂ ਵਾਅਦਾ ਕਰ ਰਹੇ ਹਾਂ, ਵੇਰਕਾ ਜਲੰਧਰ ਇਹ 30 ਮਿਲੀਅਨ ਟਨ ਪਰ ਡੇ ਦੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਇਹਦੇ 'ਚ ਅਸੀਂ ਐਡ ਕਰ ਰਹੇ 3 ਲੱਖ ਡੇਲੀ ਦਾ 35 ਕਰੋੜ ਰੁਪਈਆ ਲਾ ਕੇ। ਵੇਰਕਾ ਅੰਮ੍ਰਿਤਸਰ ਦਾ ਤੁਹਾਨੂੰ 10-52 ਕਰੋੜ ਰੁਪਈਆ ਅਸੀਂ ਹੋਰ ਲਾ ਰਹੇ ਹਾਂ, ਉਸ ਤੋਂ ਵਧਾਉਣ ਵਾਸਤੇ ਕੰਮ
ਤਾਂ ਇਹ ਸਿਰਫ ਉਰੇ ਹੀ ਨਹੀਂ ਮੋਹਾਲੀ ਦੇ ਵਿੱਚ, ਲੇਕਿਨ ਜਿੱਥੇ ਜਿੱਥੇ ਵੀ ਸਾਡੇ ਡੇਅਰੀਆਂ ਲੱਗਦੀਆਂ, ਜੋ ਪੈਸਾ ਅਸੀਂ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਪਾ ਕੇ ਆਪਣੇ ਡੇਅਰੀ ਸੈਕਟਰ ਨੂੰ ਅਸੀਂ ਵਧਾਉਣਾ ਚਾਹੁੰਦੇ ਹਾਂ। ਅਤੇ ਅੱਜ ਮੈਨੂੰ ਮੈਂ ਤੁਹਾਨੂੰ ਦੋਨੋਂ ਵਜ਼ੀਰ ਸਾਹਿਬਾਨਾਂ ਨੂੰ ਬਹੁਤ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਬੜੀ ਹਿੰਮਤ ਕੀਤੀ ਹੈ ਆਪਣੇ ਆਪਣੇ ਮਹਿਕਮਿਆਂ 'ਚ, MLA ਸਾਹਿਬਾਨਾਂ ਨੂੰ ਜਿਨ੍ਹਾਂ ਨੇ ਅੱਜ ਆ ਕੇ ਇਹ ਕੋਆਪਰੇਟਿਵ ਸਹਿਕਾਰ ਸਾਡਾ ਮੇਲਾ ਹੈ ਇਸ ਨੂੰ ਵਾਅਦਾ ਕੀਤਾ, ਔਰ ਤੁਸੀਂ ਸਾਰੇ ਜਿਹੜੇ ਆਪਣੇ ਇਲਾਕਿਆਂ ਦੇ ਵਿੱਚੋਂ ਆਏ ਹੋ ਔਰ ਆਪਣੇ ਪਿੰਡਾਂ ਵਿੱਚ ਆਏ ਹੋ, ਕੰਮ ਛੱਡ ਕੇ ਆਏ ਹੋ ਆ ਕੇ, ਅੱਜ ਮੈਨੂੰ ਪਤਾ ਹੈ ਜ਼ੋਰ ਹੈ ਪੂਰਾ ਜੀਰੀ ਦੀ ਕਣਕ ਦੀ ਬਿਜਾਈ ਦਾ, ਲੇਕਿਨ ਤੁਸੀਂ ਸਾਰੇ ਅੱਜ ਆਇਓ ਸਾਡਾ ਇਸ ਸਟੇਟ ਆਪਣੀ ਗਵਰਨਮੈਂਟ ਦਾ ਸਾਥ ਦੇਣ ਲਈ। ਇਸ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।